ਕਾਹੋ ਸਾਧ ਸਕੇ ਜੀ ਆਪਣੇ ਕੋਲ ਵਾਸ਼ਿੰਗਟਨ ਤੋਂ ਆਏ ਹੋਏ ਸਰਦਾਰ ਹਰਪਾਲ ਸਿੰਘ ਜੀ ਇੱਥੇ ਪਹੁੰਚੇ ਨੇ ਉਹ ਸੰਗਤਾਂ ਨੂੰ ਲੋਕਾਂ ਦੇ ਜਿੱਥੇ ਵਧਾਈਆਂ ਦੇਣਗੇ ਨਾਲ ਹੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਰੀ ਦੀ ਸਭ ਜ਼ਮੀਨ ਦੇ ਉੱਪਰ ਗਦਰੀ ਬਾਬਿਆਂ ਦੀ ਧਰਤੀ ਤੇ 325 ਸਾਲ ਪਹਿਲਾਂ ਜੋ ਕਲਗੀਧਰ ਦਸ਼ਮੇਸ਼ ਪਿਤਾ ਨੇ ਖਾਲਸਾ ਪ੍ਰਗਟ ਕੀਤਾ, ਖਾਲਸਾ ਸਾਜਿਆ, ਉਸ ਦਿਵਸ ਨੂੰ ਸਮਰਪਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਸਜਾਏ ਨਗਰ ਕੀਰਤਨ ਦੇ ਵਿੱਚ ਪਹੁੰਚੀ ਹੋਈ ਸਾਧ ਸੰਗਤ ਜੀ, ਆਓ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਤੁਸੀਂ ਵੱਖ ਵੱਖ ਬੁਲਾਰਿਆਂ ਦੇ ਬਹੁਤ ਹੀ ਸੁਲਝੇ ਹੋਏ ਪੰਜਾਬ ਦੇ ਦਰਦ ਭਰੇ ਤੇ ਆਪਣੇ ਭਵਿੱਖ ਬਾਰੇ ਵਿਚਾਰ ਸੁਣੇ ਹਨ। ਖਾਲਸਾ ਜੀ, ਜੋ ਤੁਸੀਂ ਅੱਠਾਂ ਮਾਰਦੇ ਲੱਖਾਂ ਦੀ ਗਿਣਤੀ ਦੇ ਵਿੱਚ ਮੇਰੇ ਸਾਹਮਣੇ ਬੈਠੇ ਹੋ, ਇਸ ਦੇ ਵਿੱਚ ਸਾਡੇ ਦਾਦੇ ਜਿਨ੍ਹਾਂ ਨੇ 47 ਆਪਣੇ ਪਿੰਡੇ ਤੇ ਹੰਢਾਈ ਕੂ ਸੰਘਰਸ਼ ਅਤੇ ਜੋ ਸਟੇਟ ਦਾ ਪੂਰੀ ਤਾਕਤ ਦੀ ਦੁਰਵਰਤੋਂ ਕਰਕੇ ਜੋ ਸਾਡੇ ਕਤਲੇਆਮ ਕੀਤੇ ਉਹ ਤੁਸੀਂ ਸਾਰੇ ਆਪ ਦੇਖੇ ਆ, ਤੁਸੀਂ ਸੁਣੇ ਆ, ਤੁਸੀਂ ਆਪਣੇ ਪਿੰਡੇ ਤੇ ਹੰਢਾਏ ਆ। ਸਾਡੇ ਕੋਲ ਹੁਣ ਕੋਈ ਬਹੁਤੇ ਰਾਹ ਨਹੀਂ ਹੈਗੇ, ਦੋ ਹੀ ਰਾਹ ਬਚਦੇ ਆ। ਜਿਹੜਾ ਸੁਨੇਹਾ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਵੀ ਸਿੱਖ ਨੇ ਦੋ ਲੜਾਈਆਂ ਲੜਨੀਆਂ ਨੇ, ਇੱਕ ਜਿਹੜਾ ਆਪਾਂ ਅੰਮ੍ਰਿਤ ਛੱਕ ਕੇ ਨਿਤਨੇਮ ਕਰਕੇ ਆਪਣੇ ਮਨ ਦੇ ਨਾਲ ਆਪਣੇ ਸਰੀਰ ਦੇ ਨਾਲ ਹਰ ਰੋਜ਼ ਲੜਦੇ ਹਾਂ ਤੇ ਅਕਾਲ ਪੁਰਖ ਨੂੰ ਪ੍ਰਾਪਤੀ ਦੇ ਅਰਦਾਸਾਂ ਬੇਨਤੀਆਂ ਕਰਦੇ ਹਾਂ। ਦੂਜੀ ਲੜਾਈ ਜਿਹੜੀ ਖਾਲਸੇ ਨੂੰ ਸਾਜਿਆ ਸੀ ਜ਼ੁਲਮ ਦੇ ਖਿਲਾਫ ਲੜਨ ਲਈ, ਮਜ਼ਲੂਮਾਂ ਦੀ ਰੱਖਿਆ ਕਰਨ ਲਈ, ਤੇ ਅੱਜ ਖਾਲਸਾ ਖੁਦ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ। ਦੁਸ਼ਮਣ ਤੁਹਾਡੀ ਇਸ ਧਰਤੀ ਤੱਕ ਪਹੁੰਚ ਚੁੱਕਿਆ, ਮਾਵਾਂ ਖੜੀਆਂ ਕਰਕੇ ਵਿਕਾਰਾਂ ਦੇ ਰੂਪ ਦੇ ਵਿੱਚ ਹਮਾਇਤ ਦੇਣੀ। ਸ਼ਹੀਦੋ ਤੁਹਾਡੀ ਸੋਚ ਤੇ ਬਰਾ ਦਿਆਂਗੇ ਖੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ ਬਰਾ ਦਿਆਂਗੇ ਖੋਕ ਕੇ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਵਾਸ਼ਿੰਗਟਨ ਤੋਂ ਅਮਰੀਕਾ ਵਾਲੇ ਪਾਸੋਂ ਆਏ ਔਰ ਆ ਕੇ ਤੁਹਾਨੂੰ ਬੜੇ ਹੀ ਸੁੰਦਰ ਸ਼ਬਦਾਂ ਦੇ ਵਿੱਚ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।